ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੇ ਚੈਨਲ ਉੱਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਸਵਾਗਤ। ਅਤੇ ਆਪਾਂ ਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਪਾਣੀ ਆਉਣ ਕਾਰਨ ਅਤੇ ਕੁਦਰਤ ਦੇ ਮਤਲਬ ਕਿ ਬਾਰਿਸ਼ ਹੋਣ ਕਾਰਨ ਪਾਣੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੈਲ ਰਿਹਾ। ਅਤੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਵੀ ਆਪਾਂ ਨੂੰ ਗਰੀਬਾਂ ਦੀ ਸਹਾਇਤਾ ਵਾਸਤੇ, ਅਤੇ ਆਪਾਂ ਨੇ ਪਨੀਰੀ ਬੀਜੀ ਹੈ ਅਤੇ ਪਨੀਰੀ ਬੀਜੀ 1509 ਅਤੇ 26 ਜੀਰੀ ਬੀਜੀ ਹੈ। ਅਤੇ ਆਪਾਂ ਗਰੀਬਾਂ ਦੀ ਸਹਾਇਤਾ ਕਰੀਏ, ਅਤੇ ਆਪਾਂ ਤੁਹਾਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋਣ ਕਾਰਨ ਲੋਕਾਂ ਦੀਆਂ ਫਸਲਾਂ ਤਹਿਸ ਨਹਿਸ ਹੋ ਗਈਆਂ। ਅਤੇ ਜੋ ਵੀ ਪੰਜਾਬ ਦੇ ਵਿੱਚ ਆਪਣੇ ਕੋਲ ਸੰਗਰੂਰ ਜ਼ਿਲ੍ਹੇ ਦੇ ਇਲਾਕੇ ਦੇ ਮਤਲਬ ਕਿ ਪਿੰਡਾਂ ਦੇ ਵਿੱਚ ਉੱਚੇ ਨੇ, ਜੋ ਪਾਣੀ ਦਾ ਪੱਧਰ ਨਹੀਂ ਸਹਿ ਸਕਦੇ, ਪਾਣੀ ਨਹੀਂ ਆਇਆ, ਅਤੇ ਆਪਾਂ ਉੱਥੇ ਲੋਕਾਂ ਨੂੰ ਸੁਨੇਹ ਦੇਣਾ ਚਾਹੁੰਦੇ ਹਾਂ ਵੀ ਜਿਵੇਂ ਸਿਆਣਿਆਂ ਦੀ ਕਹਾਵਤ ਹੈ ਵੀ ਤੁਪਕੇ ਤੁਪਕੇ ਨਾਲ ਦਰਿਆ ਭਰ ਜਾਂਦਾ ਹੈ, ਜੇ ਆਪਾਂ ਸਾਰੇ ਉਪਰਾਲਾ ਕਰੀਏ, ਕੀਲਾ 2 ਕੀਲਿਆਂ ਦੀ ਪੌਦਾ ਬੀਜੀਏ, ਅਤੇ ਆਪਣੇ ਜੋ ਵੀ ਕਿਸਾਨ ਮਜ਼ਦੂਰ ਨੇ, ਜੋ ਆਪਣੇ ਭਾਈਚਾਰਾ ਜਿਨ੍ਹਾਂ ਦੀ ਫਸਲਾਂ ਮਰ ਕੇ ਮਤਲਬ ਕਿ ਤਬਾਹ ਹੋ ਗਈਆਂ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹਨਾਂ ਨੂੰ ਪਨੀਰੀ ਤਿਆਰ ਕਰਕੇ ਦਈਏ, ਕਿਉਂਕਿ ਉਹਨਾਂ ਵਾਸਤੇ ਤਾਂ ਕੋਈ ਸਮਾਂ ਨਹੀਂ ਹੈਗਾ ਵੀ ਕਿਤੇ ਪਨੀਰੀ ਬੀਜ ਲੈਣਾ, ਅਤੇ ਆਪਾਂ ਉਹਨਾਂ ਨੂੰ ਪਨੀਰੀ ਬੀਜ ਕੇ ਤਿਆਰ ਕਰਕੇ ਦਈਏ, ਜੋ ਮਤਲਬ ਕਿ ਕਿਸਾਨ ਭਰ ਨੇ, ਆਪਣੇ ਵਰਗੇ ਭਰਾ ਨੇ। ਅਤੇ ਅਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਆਪਣੇ ਜੋ ਲਵੇ ਦੇ ਇਲਾਕੇ ਜਿਵੇਂ ਮਕੋੜ ਸਾਹਿਬ ਹੋ ਗਿਆ, ਮੂਨਕ ਹੋ ਗਿਆ, ਪਟਿਆਲੇ ਦਾ ਏਰੀਆ ਹੋ ਗਿਆ, ਖਨੌਰੀ ਦਾ ਏਰੀਆ ਹੋ ਗਿਆ, ਜੋ ਵੀ ਕਿਸਾਨ ਭਰਾ ਅੱਜ ਕੱਲ੍ਹ ਮੱਕੀ ਜ਼ਿਆਦਾ ਬੀਜੀ ਸੀ, ਚਰੀ ਹੈ, ਮਤਲਬ ਕਿ ਜੋ ਇਹਦੇ ਵਿੱਚ ਕੱਦੂ ਕਰ ਰਹੇ ਨੇ, ਸਾੜ ਵਾਸਤੇ ਕੱਦੂ ਕਰ ਰਹੇ ਨੇ, ਹੱਥ ਸਾਡੀ ਬੰਨ ਕੇ ਇਹੀ ਬੇਨਤੀ ਹੈ ਵੀ ਉਸ ਨੂੰ ਕੱਦੂ ਦੇ ਵਿੱਚ ਨਾ ਸਾੜਿਆ ਜਾਵੇ, ਅਤੇ ਉਸ ਨੂੰ ਵੱਢ ਕੇ ਜੋ ਵੀ ਕਿਸੇ ਦੇ ਮੂੰਹ 'ਚ ਪੈ ਸਕੇ, ਜਿਵੇਂ ਪਟਿਆਲੇ ਦਾ ਏਰੀਆ ਹੋ ਗਿਆ, ਮਕੋੜ ਸਾਹਿਬ ਦਾ ਏਰੀਆ ਹੋ ਗਿਆ, ਉੱਥੇ ਪਚਾਈ ਜਾਵੇ, ਚਰੀ ਪਚਾਈ ਜਾਵੇ, ਜੋ ਵੀ ਕਿਸੇ ਵੀਰ ਭਰਾ ਲਵੇ ਪੌਦ ਖੜੀ ਹੈ, ਉਸ ਨੂੰ ਵੀਰ ਬਣ ਕੇ ਵੱਢ ਕੇ ਬਾਹਰ ਨਾ ਸੁੱਟਿਆ ਜਾਵੇ, ਕਿਉਂਕਿ ਪਿਛਲੇ ਆਪਾਂ ਹੁੰਦਾ ਸੀ ਵੀ ਕਿਸੇ ਵੇਲੇ ਬਚ ਗਈ ਪੌਦ ਆਪਾਂ ਵੱਢ ਕੇ ਬਾਹਰ ਫੈਂਕ ਦਿੰਦੇ ਸੀ, ਵੀ ਹੱਥ ਬੰਨ ਕੇ ਸਾਡੀ ਇਹੀ ਬੇਨਤੀ ਵੀ ਪੌਦ ਨੂੰ ਨਾ ਵੱਢਿਆ ਜਾਵੇ, ਕਿਉਂਕਿ ਕਿਸੇ ਗਰੀਬ ਭਾਈ ਦੇ ਕੰਮ ਆ ਸਕੇ, ਅਤੇ ਆਪਾਂ ਉਸ ਨੂੰ ਵੱਢੀਏ ਨਾ ਵੱਢੀਏ, ਜੋ ਵੀ ਕਿਸੇ ਵੇਲੇ ਚਰੀ ਹੈ, ਤੂੜੀ ਹੈ, ਅਤੇ ਗਰੀਬਾਂ ਦੀ ਸਹਾਇਤਾ ਕਰ ਸਕੀਏ, ਅਤੇ ਸਾਡੀ ਇੰਨੀ ਕੁ ਬੇਨਤੀ ਹੈ, ਅਤੇ ਅਸੀਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਵੀ ਸਾਰੇ ਭਰਾ ਆਪਾਂ ਇੱਕਜੁੱਟ ਹੋ ਕੇ, ਜੋ ਵੀ ਮਤਲਬ ਕਿ ਪੰਜਾਬ ਦੇ ਵਿੱਚ ਕੁਛ ਇਲਾਕੇ ਮਰ ਗਏ ਨੇ, ਉਹਨਾਂ ਦੀ ਸਹਾਇਤਾ ਵਾਸਤੇ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਖੜੀਏ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਰਾਮ ਰਾਮ ਜੀ। ਅਤੇ ਸਾਡੇ ਯੂਟਿਊਬ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਚੈਨਲ ਨੂੰ, ਅਤੇ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਜੋ ਵੀ ਮਤਲਬ ਕਿ ਲੋਕਾਂ ਤੱਕ, ਆਪਣੇ ਗਰੀਬ ਭਾਈਆਂ ਤੱਕ ਪਹੁੰਚ ਸਕੇ। ਅਤੇ ਆਪਣਾ ਕੰਟੈਕਟ ਨੰਬਰ ਵੀ ਦੇਵਾਂਗੇ ਜੇ ਕਿਸੇ ਵੀਰ ਭਾਈ ਨੂੰ ਜ਼ਰੂਰਤ ਹੋਵੇ। ਆਪਾਂ ਪਨੀਰੀ ਬੀਜਤੀ ਹੈ, ਬਿਲਕੁਲ ਫਰੀ ਪਨੀਰੀ ਦੇਣੀ ਹੈ ਜੀ। ਧੰਨਵਾਦ।